ਇੰਡੀਆ ਦੇ ਵਿੱਚ ਪਾਵਰ ਪਲਾਂਟ ਬਹੁਤ ਦੇਖੇ ਹੋਣੇ, ਪਰ ਆਹ ਜਿਹੜਾ ਪਾਵਰ ਪਲਾਂਟ ਹੈ ਨਾ, ਇਹ ਐਡਾ ਵੱਡਾ ਪਾਵਰ ਪਲਾਂਟ ਆ ਕਿ ਇਹ ਪੂਰੇ ਦੇ ਪੂਰੇ ਕੈਨੇਡਾ ਨੂੰ ਜਿਹੜਾ ਬਿਜਲੀ ਸਪਲਾਈ ਕਰ ਸਕਦਾ। ਠੀਕ ਹੈ, ਮਤਲਬ ਕਿ ਇੱਥੋਂ ਬਿਜਲੀ ਘਰ ਆਇਆ ਕਰਨਾ, ਬਿਜਲੀ ਪੈਦਾ ਕੀਤੀ ਜਾਂਦੀ ਇਹਦੀ, ਜੇ ਆਪਾਂ ਗਿਣਤੀ ਕਰਕੇ ਇੱਥੋਂ ਸ਼ੁਰੂ ਹੋ ਕੇ ਜਿਹੜਾ ਪਿੱਛੋਂ ਉਹ ਉੱਥੋਂ ਤੱਕ ਜਿਹੜਾ ਹੈਗਾ ਇਹਦੀ ਲੰਬਾਈ ਆ। ਠੀਕ ਹੈ, ਹੁਣ ਕਹੋਗੇ ਵੀ ਇਹ ਇੰਨਾ ਕਿਵੇਂ ਹੁੰਦਾ, ਅਸਲ ਦੇ ਵਿੱਚ ਜਿਹੜਾ ਆਹ ਪਾਣੀ ਆ ਸਾਰਾ ਸਾਰਾ ਜਿਹੜਾ ਆ ਰਿਹਾ ਇਹ ਸਾਰਾ ਸਾਰਾ ਨਾਇਗਰਾ ਫਾਲਸ ਦਾ ਆ, ਜਿੰਨਾ ਵੀ ਨਾਇਗਰਾ ਫਾਲਸ ਦਾ ਪਾਣੀ ਆ ਉਹਨੂੰ ਇੱਥੇ ਸਟੋਰ ਕਰਕੇ ਆ ਜਿੱਥੇ ਤੁਸੀਂ ਜਿਹੜਾ ਘੁੰਮ ਰਿਹਾ ਹੈ ਨਾ ਲਗਾਤਾਰ ਲੂਪ ਦੇ ਵਿੱਚ, ਜਿਹੜਾ ਵੀ ਤੁਸੀਂ ਦੇਖਣਾ ਸਰਕਲ, ਇੱਥੇ ਚੱਕੀਆਂ ਲੱਗੀਆਂ, ਚੱਕੀਆਂ ਘੁੰਮਦੀਆਂ, ਚੱਕੀਆਂ ਨੇ ਜਿਹੜਾ ਇਹ ਸਾਰੇ ਸਾਰੇ ਇੱਥੋਂ ਬਿਜਲੀ ਪੈਦਾ ਕਰਨੀ ਆ। ਸੋ ਜਿਹੜੀ ਇੱਥੋਂ ਸਾਰੀ ਦੀ ਸਾਰੀ ਬਿਜਲੀ ਪੈਦਾ ਹੁੰਦੀ ਆ, ਫਿਰ ਇਹ ਵਾਇਆ ਵੈਸਟ ਦੇ ਥਰੂ ਜਿਹੜਾ ਆਹ ਖੰਭੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਇਹਨਾਂ ਦੇ ਇਹਨਾਂ ਖੰਭਿਆਂ ਦੇ ਥਰੂ ਜਿਹੜਾ ਹੈਗਾ ਆਲ ਓਵਰ ਕੈਨੇਡਾ ਦੇ ਵਿੱਚ ਸਪਲਾਈ ਹੁੰਦੀ ਆ। ਉਦੋਂ ਬਾਅਦ ਕੈਲਗਰੀ ਤੱਕ ਪਹੁੰਚ ਤੇ ਪਹੁੰਚ ਕੇ ਜਿੰਨੀ ਮੰਨ ਲਓ ਇਹਨਾਂ ਦੀ ਖਪਤ ਹੋ ਗਈ ਕੈਨੇਡਾ ਦੀ, ਉਦੋਂ ਬਾਅਦ ਫਿਰ ਕੈਲਗਰੀ ਤੋਂ ਬਾਅਦ ਇਹ ਵਾਪਸ ਜਿਹੜਾ ਹੈਗਾ ਆਪਾਂ ਕਹੇ US ਦੇ ਵਿੱਚ ਸਟੋਰੇਜ ਕੀਤੀ ਜਾਂਦੀ ਆ। ਜੇ ਗੱਲ ਕਰੀਏ US ਆ ਇੱਥੋਂ ਬੜਾ ਨੇੜੇ ਆ, ਵੈਸੇ ਕਈ ਬੰਦੇ ਤਾਂ ਜਿਹੜੇ ਇਹ ਸਮਝਦੇ ਆ ਕਿ ਜਿਹੜਾ ਆਹ ਨਾਇਗਰਾ ਫਾਲ ਵਾਲੀ ਜਿਹੜੀ ਆਹ ਝੀਲ ਹੈ ਜਿਹੜਾ ਦੂਜੇ ਪਾਸੇ ਵੀ ਆਹ US ਆ, ਅਸਲ ਵਿੱਚ ਇਹ USA ਨਹੀਂ ਇਹ ਕੈਨੇਡਾ ਹੀ ਹੈ। ਸੋ ਇੱਥੇ ਜਿਹੜਾ ਆਪਾਂ ਗੱਲ ਕਰੀਏ ਆਹ ਦੇਖ ਲਓ ਤੁਸੀਂ ਆਹ ਸਾਰੇ ਸਾਰੇ ਜਿਹੜੇ ਖੰਭੇ ਆ, ਇੰਡੀਆ ਦੇ ਵਿੱਚ ਵੀ ਜਿਹੜੇ ਆਹ ਖੰਭੇ ਲੱਗੇ ਆ ਨਾ ਇਹ ਵੀ ਮੇਡ ਇਨ ਆਪਾਂ ਕਹੇ ਕੈਨੇਡਾ ਦੇ ਹੀ ਨੇ। ਖਾਸ ਕਰਕੇ ਆਪਾਂ ਗੱਲ ਕਰੀਏ ਜਿਹੜਾ ਮਿੱਤਲ ਦੀ ਕੰਪਨੀ ਹੈ ਜਿਹੜੇ ਆਹ ਖੰਭੇ ਬਣਾਉਣ ਵਾਲੀ, ਉਹ ਕੈਨੇਡਾ ਦੇ ਵਿੱਚ ਹੀ ਆ, ਤੇ ਤੁਹਾਨੂੰ ਮੈਂ ਉਹਦਾ ਵੀ ਇੱਕ ਵੀਡੀਓ ਕਰਾਂਗੇ। ਉਹ ਵੀ ਜਦੋਂ ਆਪਾਂ ਜਦੋਂ ਆਪਾਂ ਜਾਂਦੇ ਹਾਂ, ਮੰਨ ਲਓ ਆਪਾਂ ਗੱਲ ਕਰੀਏ ਨਾਇਗਰਾ ਤੋਂ ਵਾਪਸ ਅੰਟਾਰੀਓ ਨੂੰ, ਹਨਾ, ਤਾਂ ਰਾਹ ਦੇ ਵਿੱਚ ਉਹਦਾ ਪਲਾਂਟ ਆਉਂਦਾ ਤੇ ਸਾਹਮਣੇ ਜਿਹੜਾ ਆਹ ਕਿਹੜਾ ਬ੍ਰਿਜ ਬਾਈ, ਕਵਿੰਸਟਨ, ਆਹ ਬ੍ਰਿਜ ਦਾ ਨਾਂ ਕੀ ਬਾਈ, ਕਵਿੰਸਟਨ। ਸੋ ਆਹ ਜਿਹੜਾ ਬ੍ਰਿਜ ਤੁਹਾਨੂੰ ਨਜ਼ਰ ਆ ਇਹ ਹੈਗਾ ਕਵਿੰਸਟਨ ਬ੍ਰਿਜ, ਇਹ ਉਹ ਬ੍ਰਿਜ ਆ ਜਿਹਦੇ ਥਰੂ ਆਪਾਂ ਇਹ ਕੈਨੇਡਾ ਦਾ ਤੇ ਆਪਾਂ ਗੱਲ ਕਰੀਏ US ਦਾ ਜਿਹੜਾ ਟਰੱਕਾਂ ਰਾਹੀਂ ਵਪਾਰ ਹੁੰਦਾ। ਜੇ ਆਪਾਂ ਗੱਲ ਕਰੀਏ ਜੇ ਪਹਿਲਾਂ ਵਾਲਾ ਜਿਹੜਾ ਸੀਗਾ, ਮੰਨ ਲਓ ਜਿੱਥੋਂ ਅਸੀਂ ਪਹਿਲਾਂ ਆਪਾਂ ਖੜੇ ਸੀਗੇ ਉੱਥੇ ਜਿਹੜਾ ਕੀ ਹੈ ਯਾਰ ਉਹਦਾ ਨਾਮ ਨਾਇਗਰਾ, ਨਾਇਗਰਾ ਵਾਲੇ ਪਾਸਿਓਂ ਜਿਹੜਾ ਹੈਗਾ ਕਮਰਸ਼ੀਅਲ ਵਪਾਰ ਵਾਸਤੇ ਨੇ ਉੱਥੇ ਨੋਰਮਲ ਗੱਡੀਆਂ ਲੰਘਦੀਆਂ, ਪਰ ਜਿਹੜਾ ਕਵਿੰਸਟਨ ਬ੍ਰਿਜ ਹੈ ਜਿਵੇਂ ਅੱਜ ਕੱਲ੍ਹ ਬਰਾੜ ਸਾਹਿਬ ਵੀ ਗੱਡੀਆਂ ਚਲਾਉਂਦੇ ਨੇ, ਤਾਂ ਇੱਥੇ ਜਿਹੜੇ ਮੁੰਡੇ ਜਾਂਦੇ ਆ ਜਿਹੜੇ ਆਪਾਂ ਕਿ ਇੰਡੀਆ ਤੋਂ ਕੈਨੇਡਾ ਨੂੰ, ਉਹ ਇਹ ਬ੍ਰਿਜ ਦੇ ਥਰੂ ਜਾਂਦੇ ਆ, ਦੇਖ ਲਓ ਸਾਹਮਣੇ ਟਰੱਕ ਜਾ ਰਿਹਾ, ਹੈਨਾ। ਸੋ ਜਿਹੜਾ ਇੱਦਾਂ ਉਦੋਂ ਬਾਅਦ ਹੁਣ ਮੈਂ ਇਹਦੇ ਬਾਰੇ ਗੱਲ ਦੱਸਾਂ ਤਾਂ ਇੱਥੇ ਬਹੁਤ ਜ਼ਿਆਦਾ ਵੱਡੀਆਂ ਚੱਕੀਆਂ ਲੱਗੀਆਂ, ਬਹੁਤ ਵੱਡਾ ਹਾਈਡ੍ਰੋਲਿਕ ਪਾਵਰ ਪਲਾਂਟ ਆ ਇਹ, ਮਤਲਬ ਪਾਣੀ ਤੋਂ ਬਿਜਲੀ ਤਿਆਰ ਕਰਨ ਨਾਲ, ਤੇ ਆਹ ਸਾਹਮਣੇ ਗ੍ਰਿਡ ਦਿਖਾ ਗਿਆ ਤੁਹਾਨੂੰ, ਆਹ ਜਿਹੜਾ ਹੈਗਾ ਗ੍ਰਿਡ ਆ ਵੀਰੇ। ਮੰਨ ਲਓ ਇਹਨਾਂ ਨੇ ਜਿਹੜਾ ਜੋ ਕੁਦਰਤ ਨੇ ਨੈਚੁਰਲ ਰਿਸੋਰਸ ਦਿੱਤੇ ਕੈਨੇਡਾ ਨੂੰ, ਉਹਨਾਂ ਨੇ ਇਹਨਾਂ ਨੇ ਉਹਦੀ ਬਹੁਤ ਅੱਛੇ ਤਰੀਕੇ ਨਾਲ ਆਪਾਂ ਗੱਲ ਕਰੀਏ ਵਰਤੋਂ ਕੀਤੀ ਆ। ਜਿਵੇਂ ਇੱਦਾਂ ਇੱਧਰ ਬਣਿਆ ਹੋਇਆ ਬ੍ਰਿਜ, ਸੋਰੀ ਆਹ ਜਿਹੜਾ ਪਾਵਰ ਪਲਾਂਟ ਆ, ਸਿਮੀਲਰਲੀ ਪਾਵਰ ਪਲਾਂਟ ਇੱਧਰ ਵੀ ਬਣਿਆ ਹੋਇਆ, ਮਤਲਬ ਕਿ ਇਹੋ ਜਿਹੇ ਜਿਹੜੇ ਪਾਵਰ ਪਲਾਂਟਾਂ ਦੀ ਇੱਕ ਤਰ੍ਹਾਂ ਦੀ ਚੇਨ ਆ, ਜਿਸ ਤਰ੍ਹਾਂ ਦਾ ਇਹ ਆ, ਸਿਮੀਲਰਲੀ ਤੁਸੀਂ ਦੇਖ ਲਓ ਦੇਖ ਸਕਦੇ ਹੋ ਇੱਧਰਲੇ ਪਾਸੇ ਦੂਸਰਾ ਪਾਵਰ ਪਲਾਂਟ ਆ ਗਿਆ, ਹੈ ਨਾ, ਇੱਧਰ ਹਾਜ਼ਰੀ ਹੈਗਾ ਚੇਨ ਆ। ਮਤਲਬ ਕਿ ਇਕੱਲਾ ਆਪਾਂ ਗੱਲ ਕਰੀਏ ਨਾਇਗਰਾ ਫਾਲ ਹੀ ਪੂਰੇ ਦੇ ਪੂਰੇ ਕੈਨੇਡਾ ਨੂੰ ਜਿਹੜਾ ਹੈਗਾ ਬਿਜਲੀ ਦੇ ਦਿੰਦਾ, ਅਤੇ ਆਹ ਸਾਰਾ ਸਾਰਾ ਇੱਥੋਂ ਤੁਸੀਂ ਕਹਿ ਸਕਦੇ ਹੋ ਬਣਾ ਦਿੰਦੇ ਆ, ਹੈ ਨਾ, ਪਾਣੀ ਦਾ। ਅਤੇ ਦੁਨੀਆਂ ਦੇ ਸਭ ਤੋਂ ਵੱਧ ਲੇਕਸ ਤੁਹਾਨੂੰ ਪਤਾ ਹੀ ਆ, ਝੀਲਾਂ, ਉਹ ਵੀ ਆਪਾਂ ਕਹੀਏ ਕੈਨੇਡਾ ਦੇ ਕੋਲ ਹੀ ਆ। ਅਤੇ ਆਹ ਜਾ ਰਿਹਾ US, ਹੁਣ US ਤੋਂ ਕੈਨੇਡਾ ਨੂੰ ਟਰੱਕ ਆ ਰਿਹਾ ਜਿਹੜੇ ਆ ਸਾਹਮਣੇ ਦਿਖ ਰਹੇ ਆ, ਅਤੇ ਇੰਨੇ ਟਰੱਕ ਕੈਨੇਡਾ ਤੋਂ US ਨੂੰ ਜਾਂਦੇ ਆ। ਠੀਕ ਆ, ਅਤੇ ਉਹ ਸਾਹਮਣੇ ਜਿਹੜਾ ਹੈਗਾ ਝੰਡਾ ਲੱਗਿਆ ਹੋਇਆ, ਅਤੇ ਮੈਂ ਕਹਾਂ ਤਾਂ ਆਹ ਕੈਨੇਡਾ ਅਤੇ US ਦਾ। ਠੀਕ ਹੈ, ਅਤੇ ਇੱਧਰਲੇ ਪਾਸੇ ਗੋਲਫ ਗਰਾਊਂਡ ਹੈ ਇਹਨਾਂ ਕੋਲੇ, ਮੈਂ ਕਹਿੰਦਾ ਕੁਦਰਤੀ ਸਰੋਤਾਂ ਦੀ ਬਹੁਤ ਜ਼ਿਆਦਾ ਭਰਮਾਰ ਆ, ਹੈ ਨਾ ਬਾਈ। ਸੋ ਮੰਨ ਲਾ ਇਹ ਕੁਦਰਤ ਦੇ ਵਿੱਚ ਹੀ ਰਹਿੰਦੇ ਆ, ਤਾਂ ਕਰਕੇ ਸ਼ਾਇਦ ਇੰਗਲੈਂਡ ਨੇ ਇਹ ਦੇਸ਼ ਹੀ ਚੁਣਿਆ ਸੀਗਾ, ਜਿਹਨੂੰ ਉਹਨਾਂ ਨੇ ਇੱਕ ਤਰ੍ਹਾਂ ਦੇ ਲੀਜ਼ 'ਤੇ ਲੈ ਰੱਖਿਆ, ਹੈ ਨਾ ਬਾਈ, ਹੈ ਨਾ। ਸੋ ਕੈਨੇਡਾ ਦੀ ਰਾਣੀ ਜਿਹੜੀ ਇਹਨਾਂ ਦੀ ਵੀ ਰਾਣੀ ਹੈ, ਹਜੇ ਵੀ ਟੈਕਸ ਜਿਹੜਾ ਹੈਗਾ ਇੰਗਲੈਂਡ ਨੂੰ ਕੈਨੇਡਾ ਪੇ ਕਰਦਾ। ਸੋ ਤੁਸੀਂ ਦੇਖ ਲਓ ਵੀ ਅੰਗਰੇਜ਼ਾਂ ਦੇ ਦਿਮਾਗ, ਠੀਕ ਹੈ, ਉਹਨਾਂ ਨੇ ਜਿਹੜਾ ਹੈਗਾ ਆਹ ਦੇਖ ਲਓ ਇੱਥੇ ਇੱਥੇ ਥਾਂ ਥਾਂ 'ਤੇ ਜਿਹੜਾ ਹੈਗਾ ਇਹਨਾਂ ਨੇ ਬਣਾ ਲਏ ਪਾਵਰ ਪਲਾਂਟ। ਅੱਛਾ, ਗਾਰਬੇਜ US, ਪਰ ਮੈਨੂੰ ਗੱਲ ਸੁਣਾ ਵੀ ਜਿਹੜਾ, ਹਾਂ, ਜਿਹੜਾ ਬਿਜਲੀ ਦੀ ਸਟੋਰੇਜ US ਕਰਦੇ ਆ,
ਤੇ ਥਾਂ ਥਾਂ ਯੂ ਐਸ ਦੇ ਝੰਡੇ ਕਿਉਂ, ਜਿਵੇਂ ਆਹ ਦੇਖ ਲਓ ਇੱਥੇ ਕੈਨੇਡਾ ਦਾ ਝੰਡਾ ਹੋਣਾ ਚਾਹੀਦਾ, ਇੱਥੇ ਯੂ ਐਸ ਦਾ ਝੰਡਾ ਕਿਉਂ ਆ? ਪਾਕਿਸਤਾਨ ਵੀ ਰਲ ਮਿਲ ਕੇ ਰਹਿਣ ਜੇ ਲੱਗ ਜਾਣ ਤਾਂ ਆਪਣੇ ਦਾ ਵੀ ਮਿਲਦਾ ਭਲਾ ਹੋ ਜੇ, ਹਨਾ, ਮਾੜਾ ਮੋਟਾ ਇੱਥੇ ਮੱਥਾ ਘੱਟ ਮਾਰਨਾ ਪਵੇ, ਜਿਵੇਂ ਇਹ ਵੀ ਰਲੀ ਬੈਠੇ ਯਾਰ ਆਪਾਂ ਟੀਚੇ ਨਾਲ ਲੜੀ ਜਾਂਦੇ ਹਾਂ। ਨੌਲੇਜ ਦੀਆਂ ਵੀ ਆ ਤੇ ਸਿੱਖਣ ਦੀਆਂ ਵੀ ਆ। ਆਹ ਵਪਾਰ ਚੱਲੀ ਜਾਂਦਾ, ਆਹੀ ਆਪਣੇ ਵਾਹਗਾ ਬਾਰਡਰ ਤੋਂ ਵਪਾਰ ਚੱਲਣਾ, ਜਿਹੜੀ ਹੁਣ ਭਾਰਤ ਮਾਲਾ ਦੇ ਪ੍ਰੋਜੈਕਟ ਨਿਕਲ ਗਏ ਆ, ਹੋਰ ਬਣ ਗਿਆ। ਸੋ ਜ਼ਮੀਨਾਂ ਬਚਾ ਕੇ ਰੱਖੋ, ਕੋਈ ਚੱਕਰ ਨੀ, ਆਉਣ ਵਾਲਾ ਟਾਈਮ ਤੁਹਾਡਾ ਹੀ ਆ। ਬਸ ਇਹ ਹੋਵੇ ਵੀ ਬਾਅਦ ਦੇ ਵਿੱਚ ਕਿਤੇ ਗੱਲਾਂ ਨਾ ਕਰਨੀਆਂ ਪੈ ਜਾ ਕਰਨ ਸੱਥਾਂ ਚ। ਚੱਲ ਹੀ ਰਿਹਾ, ਠੀਕ ਹੈ। ਸੋ ਬਣੇ ਰਹੋ ਗੁਰਪ੍ਰੀਤ ਕੋਟ ਜੀ ਨਾਲ ਬਾਈ।